के साथ का शुरू करते हैं। ब्रेक के बाद मेरा मसला हल कर देना वो कहती थी कि ये मेरा दोस्त है, है। अच्छा। अच्छा। तो तुझको दूंगा लेकिन आज साढ़े सिर्फ इस सजा है जी बाफा एनजीओ है बूटा जी मैं ना उसके पीछे ना उसकी कजन की शादी थी फैसलाबाद में वो वहां पर गई मेरी उसके साथ लड़ाई हो गई थी तो वो ना मैं उसके पीछे गया ना जब तो मैं दूर दूर से उसे देखता रहा वो बस के ऊपर बैठ के मेहंदी पार भी गए मैं दूर अखियां मारे मुंडा पटवारी था फोन ऑन किया पहले मेरा फोन नहीं सुन रही थी उसने मुझे फोन सुन के इतने प्यार से कहा कहती तू दफा हो जा मेरी जिंदगी से मैं यकीन मनो सामने बस आ रही थी मैं कहता मारी जाओ मैं जगह गली बढ़िया दौड़ लाती ਇੰਜ ਸਾਹਮਣੇ ਬੱਸ ਆ ਰਹੀ ਮੈਂ ਕਿਹਾ ਵੀ ਹੁਣ ਮੈਸਜ ਦੇ ਵਿੱਚ ਵਜਣਾ ਇੱਕ ਦਮ ਕਰੋ ਫੋਨ ਆਇਆ ਮੇਰਾ ਧਿਆਨ ਇਧਰ ਆਇਆ ਤੇ ਮੈਂ ਬਚ ਗਿਆ ਇੰਜ ਨੰਗੀ ਬੱਸ ਜਿਵੇਂ ਬਿਲਕੁਲ ਮੇਰੇ ਕੱਪੜਿਆਂ ਦੇ ਨਾਲ ਲੱਗ ਕੇ ਗਈ ਅੱਛਾ ਆਪਕੇ ਗੁਰਦੋਂ ਪੇ ਕਿਆਮਤ ਗੁਜਰ ਗਈ ਬੇ ਹਾਂ ਹਾਂਜੀ ਐਦਾਂ ਹੋਇਆ ਅੱਛਾ ਉਸਕੇ ਬਾਅਦ ਮੈਂ ਨੇ ਫਿਰ ਘਰ ਗਿਆ ਮੈਂ ਆਪਣੀ ਅਮੀ ਨੂੰ ਸਾਰਾ ਕੁਝ ਅਮੇ ਕੋ ਬਤਾ ਦਿਆ ਹਾਂਜੀ ਮੈਂ ਆਪਣੀ ਅਮੀ ਨੂੰ ਸਾਰਾ ਕੁਝ ਅੱਛਾ ਇਸ ਮੌਕੇ ਦੇ ਉੱਪਰ ਤੇ ਸ਼ਾਇਰੀ ਅਧਾ ਕੋਈ ਆਮਦ ਹੋਈ ਕੋਈ ਸ਼ਾਇਰੀ ਕੀਤੀ ਤੁਸੀਂ ਹਾਂਜੀ ਇੰਜ ਕੀਤੀ लेकिन जो सुनना फिर मैं सुना हाँ, सुनागा अर्ज किया है उसने मुझे अच्छा ना थोड़ी जी तो जी नजर है जनाब बूटा अर्ज किया बोलो अच्छा देखो या मेरी शायरी सुन लो या फिर अपना प्रोग्राम कर लो ना नहीं सुनाओ पिछला करो मेरी मंजिल तेरे में ਇਹ ਮੇਰੇ ਇੱਕ ਦੋਸਤ ਦੀ ਨਵਾਲਦਾਂ ਦਾ ਜਨਨਾ ਸੀ ਮੈਂ ਪੜਨ ਗਿਆ ਉਸ ਤੋਂ ਬਾਅਦ ਫਿਰ ਮੈਂ ਲਿਖਿਆ ਸ਼ੇਰ ਅੱਛਾ ਹਾਂਜੀ ਦੋ ਲੈਣਾ ਦਾ ਸ਼ੇਰ ਆ ਔਰ ਪੂਰੀ ਦੁਨੀਆ ਦੇਖੋ ਵਿੱਚ ਕਿਦਾਂ ਸਮੋਤੀ ਮੈਂ ਅਰਜ਼ ਕੀ ਬੁੱਟਾ ਜੀ ਕਿ ਮਰਨਾ ਸੌਖਾ ਨਹੀਂ ਮਰਨਾ ਮੁਸ਼ਕਲ ਆ ਉਹ ਕੋਈ ਗੱਲ ਨਹੀਂ ਤੁਸੀਂ ਚਿਜਬਾਤੀ ਨਾ ਹੋਗਾ ਆਪਕੋ ਮੈਂ ਸਮਝ ਰਹਾ ਹਾਂ ਆਪਕਾ ਦਿਲ ਤੇ ਕੀ ਗੁਜ਼ਰ ਰਹੀ ਹੈ ਦਿਲ ਤੇ ਨਹੀਂ ਗੁਜ਼ਰ ਰਹੀ ਮੇਰੇ ਪੇਟ ਚ ਦਰਦ ਹੁੰਦਾ ਹੀ ਤਕੋ ਦਵਾਏ ਦਵਾਏ ਲੈ ਫਟੇ ਮੂੰ ਸਾਨੂੰ ਉਦੋਂ ਐਵੇਂ ਨਾਲ ਦੁਖੀ ਕਰੀ ਜਾਣਾ ਦਿਲ ਬਿਲਕੁਲ ਪੇਟ ਦੇ ਉੱਤੇ ਹੁੰਦਾ ਤੇ ਤੂੰ ਕਿੱਥੇ ਹੁੰਨਾ ਮੈਂ ਥੱਲੇ ਅੱਛਾ ਵੈਸੇ ਆਸ਼ਕ ਸਾਹਿਬ ਗਾਲ ਲੇ ਆਕ ਉਡਾ ਜੀ ਇੱਥੇ ਨਾ ਮੈਨੂੰ ਰੋਕਣਾ ਕਿ ਆਮਦ ਹੋਈ ਕਿ ਮੈਨੇ ਔਰ ਤੁਜੇ ਬਿਸਤਾਂ ਨਾਮੰਦੇ ਹਾਲ ਰੱਖਾ ਵਾ 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 ਬੰਦਿਸ਼ ਬੰਦਿਸ਼ ਦਾ ਪੁੱਤਰ ਬਣਨਾ ਤੂੰ ਕਿਹਨੇ ਹੁਣ ਬਰਕਰਾਰੇ ਮੈਦਾਨੇ ਉਤਰਤੀ ਰਹੀ ਵਾ 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 ਕੱਖ ਵੀ ਨਹੀਂ ਗੋਂਗਰੂਆਂ ਕੀ ਕੂਕੂ ਮੈਂ ਯਾਰ ਕੂਕੂ ਤਾਂ ਕੋਇਲ ਦੀ ਨਹੀਂ ਹੁੰਦੀ ਸ਼ਾਇਰ ਦੀ ਆਪਣੀ ਮਰਜ਼ੀ ਹੁੰਦੀ ਜਨਾਬ ਜਿੱਥੇ ਮਰਜ਼ੀ ਕੂਕੂ ਆਸ਼ਿਕ ਸਾਹਿਬ ਤੁਸੀਂ ਕੁਝ ਕਹੋ ਮੇਰੇ ਲੋ ਚਿੱਟਾ ਕੂਕੂ ਆ ਜਨਾਬ ਇੱਕ ਗਜ਼ਲ ਸੁਣਾਓ ਹਾਂਜੀ ਜੀ ਕੋਣ ਜ਼ਰੂਰ ਇੱਕ ਮਿੰਟ ਮੈਂ ਪਹਿਲੇ ਥੋੜੀ ਚਾਹ ਪੀ ਲਾਂ ਆਪ ਜੋ ਰਕਮ ਆਸ਼ਿਕ ਸਾਹਿਬ ਸਜਾਦ ਸਾਹਿਬ ਉਸ ਕੋ ਦੇਤੇ ਰਹੇ ਹੈ ਪਾਸੇ ਦੇਤੇ ਰਹੇ ਹੈ ਵੋ ਤੋ ਇਹ ਸਾਬਤ ਨਹੀਂ ਕਰ ਸਕਤੇ ਔਰ ਆਪਣੀ ਮਰਜ਼ੀ ਸੇ ਦੇਤੇ ਰਹੇ ਹੈ ਜੋ ਕੁਝ ਨੇ ਖਾਤਾ ਪੀਤਾ ਉਹ ਮਨੇ ਅਕਾਊਂਟ ਵੀ ਨਹੀਂ ਕੀਆ ਐ ਅਭੀ। ਕੋਈ ਗੱਲ ਦਹੀਂ ਭਲੇ ਕਿ ਰਸੀਦੇ ਲਾਏਗੇ। ਨਾ ਜੀ ਕਿਥੋਂ ਫਰੂਟ ਚਾਰ ਕੀ ਰਸੀਦੇ ਲਾਏਗੇ। ਪੀਜਾ ਕੀ ਰਸੀਦੇ ਲਾਏਗੇ। ਬਰਗਰ ਕੀ ਰਸੀਦੇ ਲਾਏਗੇ। ਆਈਸਕ੍ਰੀਮ ਕੀ ਰਸੀਦੇ ਲਾਏਗੇ। ਟੈਕਸੀ ਕੇ ਸਫਰ ਕੀ ਰਸੀਦੇ ਲਾਏਗੇ। ਉਹਦੇ ਅੱਬੇ ਦੇ ਦਵਾਈਆਂ ਦੀਆਂ ਰਸੀਦਾ ਪੜੀ ਹੋਈ ਮੇਰੇ ਪਾਸ। ਉਹਨਾਂ ਨੂੰ ਜੇਬ ਚ ਲੈ ਲਾ। ਜੇਬ ਚ ਲੈ ਕੇ ਤੇ ਦੋ ਸਾਲ ਤੋਂ ਫਿਰਨ ਨੇ ਜੀ। ਹੋਰ ਤੇ ਕੋ ਕਿਹੜਾ ਕਿਹੜਾ ਸ਼ੇਖ ਰਸੀਦ ਪਈ ਐ। ਉਹ ਕੱਪੜੋਂ ਕੀ ਰਸੀਦੇ ਵੀ ਪੜੀ ਹੋਈਆਂ ਜੁੱਲੀ। बाकी जो आप आप कह रहे हैं, उनकी कहां रसीदी होती है जी वो दिल कहां से ला जो आपने मुझे बताया 3 लाख उठाकर अब्बू का उसको दिया उसर रसीद ली बुढ जियो मैं उसको किधर रसीद लेंडा चाचा जी ਤੁਸੀਂ ਕਿਦਾਂ ਦੀ ਗੱਲ ਕਰਦੇ ਜੇ ਚੰਗੇ ਭਲੇ ਬੇਵਕੂਫ ਜੇ ਬੰਦੇ ਜੇ ਤੁਸੀਂ ਉਸਨੇ محبت میں ਚੋਰੀ ਕੀਤੀ ਆਪਣੇ ਵਾਲਦ ਸਾਹਿਬ ਕੀ اور محبت میں پیسے उसको दे दिए उसे क्या कहता मुझे रसीद दे दो ऐ तो मैं कहनया हां मैं यही तो कह रहा हूं ਕਿ ਕਿਆ ਸਜ਼ਾ ਆਪ ਉਸਕੋ ਦਿਲਾ ਸਕਤੇ ਹੈ ਕੁਛ ਵੀ ਬਿਨ ਦੇਖੋ ਚਾਚਾ ਜੀ ਤੇਰੇ ਮਹਰੇਜਰ ਮੇ ਬਬਸਤਾ ਹਾਲ ਹੋ ਹੋ ਜਾਤੇ ਓਏ ਵਾਦਨਾ ਵੀ ਤੇਰੀ ਹੁਣ ਓਕੇ ਜੀ ਹੁਣ ਨਹੀਂ ਤੁਸੀਂ ਮੇਰੇ ਬੋ ਸੁਣੋਗੇ ਦੇਖੋ ਬੂਢਾ ਜੀ ਬੈਰੀ ਜਹਾਜ਼ ਦੇ ਅੰਦਰ ਤੁਸੀਂ ਕਿਸ ਚਾਚਾ ਜੀ ਅਸਲਾਮੁਅਲੈਕਮ ਜੀ ਵੈਲਕਮ ਸਲਾਮ ਚਾਚਾ ਜੀ ਰਾਸ਼ਦ ਬੋਲ ਰਿਹਾ ਜੀ ਮੈਂ ਮੈਂ ਦਰਜੀ ਜੋ ਤੁਹਾਡਾ ਮੈਂ ਕਹਿਣਾ ਤੁਸੀਂ ਸੂਟ ਦੇ ਕੇ ਗਏ ਨਾ ਮੈਨੂੰ ਜੀ ਰਾਸ਼ਦਤਾ ਫੁਕ ਆ ਜਿਹੜਾ ਸੂਟ ਦੇਖ ਗਏ ਜੀ ਉਹ ਕਪੜਾ ਥੜ ਗਿਆ ਸੀ ਉਹਦੀ ਜਗ੍ਹਾ ਤੇ ਨਾ ਮੈਂ ਇੱਕ ਹੋਰ ਕਪੜਾ ਲਾਤਾ ਲਾਤਾ ਹਾਂਜੀ ਲਾਤਾ ਅੱਛਾ ਹਾਂਜੀ ਮੇਰੇ ਵਾਲਾ ਸਾਹਿਬ ਦੀ ਇੱਕ ਤੋਤੀ ਪਈ ਸੀ ਪ੍ਰਾਣੀ ਉਹ ਪਾੜ ਕੇ ਮੈਂ ਕਾਲਰ ਉਹਦੀ ਬਣਾਤੀ ਆ ਲੱਖ ਦੀ ਲਾਣਤ ਇਹ ਤੁਹਾਡਾ ਦਰਜੀ ਸੀ ਆ ਦਰਜੀ ਸੀਗਾ ਲੇਕਨ ਜੇ ਨਹੀਂ ਮੜੀ ਜੋ ਗਿਆ ਥੋੜਾ ਜਿਹਾ ਇਹ ਤੋਤੀ ਪਾੜ ਕੇ ਤੁਹਾਡੀ ਕਾਲਰ ਲਾਏਗਾ ਦਰਜੀ ਤੂੰ ਲਵਾਲਾ ਲੈ ਮੈਂ ਹੁਣ ਤੈਨੂੰ ਇੱਕ ਤੇਰੇ ਮਸਲੇ ਦਾ ਹੱਲ ਜਿਹੜਾ ਨਾ ਉਹ ਦੱਸ ਦੇਣਾ ਲੇਕਿਨ ਇਹ ਆ ਕਿ ਤੂੰ ਨਾਲ ਜਾਣਾ ਪੁਲਿਸ ਤੇ ਉਹਨਾਂ ਨੂੰ ਜਾ ਕੇ ਦੱਸਣਾ ਕਿ ਭਾਜੀ ਇਹ ਕੁੜੀ ਨੇ ਜ਼ਿਆਦਤੀ ਕੀਤੀ ਆਸ਼ਕ ਸਿੰਘ ਸਾਹਿਬ ਮੁਝੇ ਪਤਾ ਇੱਕ ਮਸਾਲ ਪਰਚਾ ਹੋ ਗਿਆ ਲੇਕਿਨ ਮੈਂ ਤੈਨੂੰ ਛਾੜੀ ਦੇ حوالے ਨਾਲ ਇੱਕ ਸਵਾਲ ਕਰਦਾ ਜੀ ਜੀ ਬੋਟੇ ਹੁਕਮ ਕਰੋ ਜਨਾਬ ਇੱਕ ਸ਼ੇਰ ਕਹਿਣਾ ਜਿਹਦੇ ਵਿੱਚ ਚਿਮਟਾ ਆਵੇ ਚਾਚੇ ਚਿਮਟਾ ਨਹੀਂ ਇਹ ਆ ਕਿ ਭਈ ਰੋਟੀ ਦਾ ਜ਼ਿਕਰ ਹੋ ਸਕਦਾ ਜੇ ਤੁਸੀਂ ਕਰੋ ਚਿਮਟਾ ਵੀ ਹੋ ਸਕਦਾ ਭਾਈ ਜੀ ਠਹਿਰ ਜ ਤੁਸੀਂ ਚੜਾ ਠੀਕ ਹੈ ਜੀ ਹਾਂਜੀ ਵਕਤੇ ਨਾ ਸੂਸ ਕਾਲਾ ਰਾਹੂ ਪਕੜਾ ਦਰਿਆ ਕੇ ਅੰਦਰ ਸੇ ਬੂਟਾ ਜੀ ਚਿਮਟਾਏ ਦਿਲੇ ਨਾਦਾ ਗੁਜ਼ਰੀ ਕਿਆ ਹੈ ਚਿਮਟਾ ਆਵੇ ਲੇਕਿਨ ਆਵੇ ਵੀ ਪੂਰੇ ਪਹਾੜ ਤਰੀਕੇ ਦੇਣਾ ਨਹੀਂ ਕੱਲਾ ਚਿਮਟਾ ਆਏਗਾ ਆਏ ਯਾਰ ਯਾ ਉਹ ਚਿਮਟਾ ਰੱਖ ਦੇ ਜਾਂ ਅਦਬ ਰੱਖ ਕਾ ਮੇਰੀ ਸੁਣ ਮਾਤੇ ਨੂੰ ਦਾਦਾ ਇੱਕ ਮਠਿਆ ਜਿਹਾ ਮੇਰੇ ਚਾਚਾ ਜੀ ਮੈਂ ਕਰਾ ਚਿਮਟਾਏ ਚਾਚਾ ਜੀ ਮੈਂ ਸੁਣ ਲਓ ਜੀ ਪਹਿਲੇ ਐਸੇ ਮੇਰੇ ਨੋਟੋ ਕੋ ਉਹ ਵੇਲੇ ਟੈਮ ਥਲਤੀ ਰਹੀ ਇਹ ਤੁਹਾਡਾ ਆਪਣਾ ਛੇੜਾ ਕਿ ਕਿਸੇ ਸ਼ਾਇਰ ਹੋਰ ਦਾ ਨਹੀਂ ਆਪਣਾ ਮੇਰਾ ਆਪਣਾ ਸੁਣਾਵਾਂਗਾ ਤੁਹਾਨੂੰ ਐਸੇ ਮੇਰੇ ਨੋਟੋ ਕੋ ਉਹ ਥਲਤੀ ਰਹੀ ਜਿਵੇਂ ਉਹ ਆਪਣਾ ਘਰ ਮੇ ਰੋਟੀ ਥਲਤੀ ਸੀ ਵਿਲੇ ਬੈ ਕੇ ਉਤੇ ਐਂਡ ਤੋਂ ਦੁਬਾਰਾ ਕਹੀ ਵਿਲੇ ਬੈ ਕੇ ਉਤੇ ਵਕਤ ਨਸਾ ਸੇ ਹਿਜਰ ਮੇ ਗੁਜ਼ਰਾ ਐਸਾ ਉਹ ਜ਼ਾਲਮ ਦਸਤਬਾਰ ਮੇ ਦਸਤਬਾਰ ਹੋਆ ਤਾਂ ਕਿਆ ਥਾ ਓ ਯਾਰ ਖੁਦਾ ਦਾ ਨਾ ਯਾਰ ਬੂਟੇ ਐਂ ਮਿਹਰਬਾਨੀ ਤੁਸੀਂ 2 ਮਿੰਟ ਜ਼ਰਾ ਚੁੱਪ ਕਰੋਗੇ ਆਪ ਇੱਕ ਅੱਛੀ ਜਗ੍ਹਾ ਪੇ ਆ ਗਏ ਯਾਰ ਮੈਂ ਚਾਚੇ ਬੂਟੇ ਦਾ ਨਾਂ ਸੁਣ ਕੇ ਆਇਆ ਮੈਂ ਇਹਨਾਂ ਦੇ ਨਾਲ ਗੱਲ ਕਰਨੀ ਹੈ ਤੁਹਾਨੂੰ ਮੈਂ ਨਾ ਬੁਲਾਉਣ ਨਾ ਤੁਹਾਨੂੰ ਮੈਂ ਕੋਈ ਗੱਲ ਕਰਨ ਨਿਆ ਤੇ ਬੇਟੇ ਮਸਲਾ ਤੇ ਤੇਰਾ ਮੈਂ ਹੱਲ ਕਰਨਾ ਮੇਰਨਾ ਬਣਾ ਕੇ ਰੱਖ ਮੈਂ ਹੀ ਜਿਹਨੇ ਤੇਰੇ ਡੁੱਬੇ ਪੈਿਆਂ ਦੀ ਕੋਸ਼ਿਸ਼ ਕਰਕੇ ਜਿਹੜੇ ਨਾ ਬਿਲਕੁਲ ਨਹੀਂ ਨਿਕਲਨੇ ਉਹ ਹੈਲੋ ਸਲਾਮ ਅਲੈਕਮ ਜੀ ਹੈਲੋ ਮਲਕ ਬੋਲ ਰਿਹਾ ਜੀ ਜੀ ਮਲਕ ਸਾਹਿਬ ਕੀ ਹਾਲ ਜੀ ਆਸ਼ਿਕ ਸਾਹਿਬ ਮੈਂ ਠੀਕ ਤੁਸੀਂ ਸਲਾਮ ਮਲਕ ਸਾਹਿਬ ਬਿਲਕੁਲ ਠੀਕ ਹੋ ਸਭ ਠੀਕ ਮੈਂ ਜੀ ਇੱਕ ਗੱਲ ਕਰਨੀ ਸੀ ਹਾਂ ਜੀ ਹਾਂ ਜੀ ਜ਼ਰੂਰ ਜਨਾਬ ਕਰੋ ਮਲਕ ਸਾਹਿਬ ਹਾਂ ਜੀ ਮੈਂ ਠੀਕ ਮੈਂ ਦੱਸਣਾ ਸੀ ਜੀ ਮੈਂ ਵੀ ਉਸੇ ਮਹੱਲੇ ਰਹਿਣਾ ਉਸੇ ਗਲੀ 'ਚ ਜਿੱਥੇ ਉਹ ਕੁੜੀ ਰਹਿੰਦੀ ਆ ਨਾ ਜਿਹੇ ਭਾਇਆ ਨੂੰ ਜਿੱਥੇ ਬੈਠੇ ਨੇ ਤੇ ਸੇ ਮੇਰੇ ਵਾਲੀ ਸਟੋਰੀ ਆ ਇਹਨਾਂ ਵਾਲੀ ਵੀ ਉਸੇ ਕੁੜੀ ਦੇ ਨਾਲ ਹੀ ਸਮਰੈਣਾ ਗੱਲ ਲੋ ਜੀ ਅੱਛਾ ਵਾਹ ਹਾਂਜੀ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਕੁੜੀ ਮੇਰੇ ਕੋਲੋਂ ਕਮ ਅਜ਼ ਕਾਮਾ 8-9 ਹਜ਼ਾਰ ਪਲੇਟ ਭੱਲਿਆਂ ਦੀ ਖਾ ਗਈ 2 ਮਹੀਨਿਆਂ ਦੇ ਵਿੱਚ ਨਹੀਂ ਨਹੀਂ ਮੈਂ ਮੈਂ ਦੱਸਦਾ ਨਾ ਜੀ ਉਹ ਕੁੜੀ ਦਾ ਕੰਮ ਹੀ ਇਹ ਹੈ ਜਨਾਬ ਕਿਦੇ ਕਿਦੇ ਪੈਸੇ ਉਹਨੇ ਦੇਣੇ ਤੇ ਕਿਦੇ ਕਿਦੇ ਕਿੰਨੇ ਕਿੰਨੇ ਉਹਦੇ ਕੋਲ ਲੈਣੇ ਇਹ ਕਦੀ ਨਹੀਂ ਹੋ ਸਕਦਾ ਜਨਾਬ ਉਹ ਮਾਸ਼ਾਅੱਲਾ ਮੂੰਹ ਮੱਥੇ ਹੀ ਨਹੀਂ ਲੱਗਦੀ ਆ ਕਿ ਹਰ ਕੋਈ ਜਿਹੜਾ ਨਾ ਉਹ ਆਪਣਾ ਉਹਦੀਆਂ ਜ਼ੁਲਫਾਂ ਦਾ ਅਸੀਰ ਹੋ ਕੇ ਤੇ ਉਹਨੂੰ ਕਸੀਰ ਕਰ ਦਿੰਦੀ ਆ ਉਹ ਫੜ ਕੇ ਸਾਡੇ ਮਲੇਕ ਬਾਬਾ ਜੀ 70-80 ਸਾਲ ਦਾ ਉਹਦੇ ਨਾਲ ਉਹਦੀ ਸਲਾਮ ਦੋ ਆਈ ਉਹ ਬਾਬੇ ਹੋਣੀ ਪਿਛਲੇ 15 ਮਹੀਨੇ ਤੋਂ ਨਾ ਮੋਬਾਈਲ ਲੈ ਕੇ ਹੈਂਡ ਫਰੀ ਲੈ ਕੇ ਉਹਦੇ ਵਿੱਚ ਆਤਾ ਫਸਲ ਦੇ ਗਾਣੇ ਸੁਣੀ ਜਾ ਰਹੇ ਉਹਨਾਂ ਦੇ ਸਾਰੇ ਉਹਨਾਂ ਨੇ Nusrat Fateh Ali ਦੀਆਂ ਕਵਾਲੀਆਂ ਮੋਬਾਈਲ 'ਚੋਂ ਕਢਾ ਕੇ ਤੇ ਉਹਦੇ ਵਿੱਚ ਅਮੈਰਾ ਅਰਸ਼ਦ ਦੇ ਗੱਲ ਸੁਣ ਢੋਲਣਾ ਟੈਪ ਗਾਣੇ ਪਰਵਾਲੇ ਨੇ 70-75 ਸਾਲ ਉਹਨਾਂ ਦੀ ਉਮਰ ਆ ਤੇ ਸਕਿਨ ਫਿਟਿੰਗ ਪੈਂਟ ਪਾ ਕੇ ਜੀਨਸ ਦੀ ਫਿਰ ਰਹੇ ਹੁੰਦੇ ਨੇ ਤੇ ਉਹ ਬਾਬੇ ਦੇ ਜਿਹੜੇ ਘਰ ਦੇ ਨੇ ਉਹਦੀ ਮਾਈ ਜਿਹੜੀ ਹੈ ਉਹ ਮਾਈ ਫੌਤ ਹੋ ਗਈ ਹੈ ਜਨਾਬ ਉਹਦੀ ਜਿਹੜੀ ਬੇਗਮ ਸੀ ਪੋਤਾ ਉਹਦਾ ਇੱਕ ਆ ਉਹਨੂੰ ਪਰਸੋਂ ਕਹਿ ਰਿਹਾ ਸੀ ਕਿ ਮੈਨੂੰ ਵਨ व्हीਲਿੰਗ ਸਖਾ ਮੋਟਰਸਾਈਕਲ ਦਾ ਅਗਲਾ ਪਈਆ ਕਿੱਦਾਂ ਚੁੱਕੀਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸਾਡੇ ਕੋਲ ਸੁਜਾਦ ਬੈਠਾ ਇਹਦੇ ਪਿਆਹ ਬੂਹੇ ਯਾਨੀ ਸਾਰੇ ਮਰ ਗਏ ਨੇ ਇੱਕ ਸਾਹਿਬ ਦੇ ਹਾਂਜੀ ਭਾਜੀ ਉਹ ਬਾਬੇ ਦੇ ਦੋ ਪਲਾਟ ਵੇਚ ਦਿੱਤੇ ਨੇ ਆਪਣੇ ਹੁਣ ਤੱਕ ਜਨਾਬ ਜੀ ਲਓ ਜੀ ਮੈਨੂੰ ਗੱਲ ਦੀ ਅਸਲ ਸਮੇਂ ਲੱਗੀ ਇਜਾਦਤ ਜੋ ਜਨਾਬ ਜੀ ਮੈਨੂੰ ਗੱਲ ਕਰ ਲੈਣ ਜੀ ਓਕੇ ਜੀ ਓਕੇ ਬੜੀ ਮਿਹਰਬਾਨੀ ਖੁਦਾ ਇਹਦਾ ਨੰਬਰ ਮੈਨੂੰ ਦੇਣਾ ਤੁਸੀਂ ਮੈਂ ਆਪਕੋ ਦਿੰਦਾ ਹਾਂ ਤਾਂ ਉਹ ਇੱਕ ਉਹਦਾ ਕੱਢ ਕਿੱਡਾ ਸੀ ਉਹਦਾ ਕੱਦ ਜਨਾਬ ਕੋ ਦੋ ਕਦਾਬਤ ਉਹਦਾ ਜਿਹੜਾ ਮੇਰੇ ਤੋਂ ਬਸ ਥੋੜਾ ਜਿਹਾ ਛੋਟਾ ਸੀ ਚਾਰ ਉਂਗਲੀਆਂ ਆਈਡੀਅਲ ਹਾਈਟ ਚਾਰ ਉਂਗਲੀਆਂ ਛੋਟਾ ਜਿਹਾ ਚਾਰ ਉਂਗਲੀਆਂ ਹਾਂਜੀ ਸਲੂਟ ਜਿੰਨਾ ਸਲੂਟ ਨਹੀਂ ਨਹੀਂ ਐਨ ਰੰਗ ਉਹਦਾ ਕਹਾਸ ਰੰਗ ਉਹਦਾ ਐਸੀ ਜਨਾਬ ਕਿ ਆਪਣਾ ਇਹ ਪਾਣੀ ਪੀਂਦੀ ਸੀ ਨਾ ਤੇ ਇਹ ਜਿਹਦਾ ਕੱਪੜਾ ਸਫੇਦ ਏਦਾਂ ਸੀ ਅੱਛਾ ਯਾਨੀ ਕਿ ਤੌਬਾਈ ਸੀ ਅੱਖਾਂ ਦਾ ਕਲਰ ਕਾ ਐਸਾ ਥਾ ਬਲੌਰੀ ਅੱਖ ਵਾਲੀਏ ਔਰ ਥੋੜੀਆਂ ਜਿਹੀਆਂ ਆ ਜੀ ਇਹ ਕੱਖੰਦਰੋ ਜਿਹਦਾ ਵਕੀਲ ਸਾਹਿਬ ਦੀ ਟੀਰੀ ਹੈ ਨਾ ਇਹ ਇਦਾਂ ਬਿਲਕੁਲ ਨਹੀਂ ਸੀ ਹੋਦੀ ਆ ਉਹ ਤੁਹਾਨੂੰ ਦੂਰੋਂ ਲੱਗ ਰਿਹਾ ਸਿਰਫ ਨਹੀਂ ਨਹੀਂ ਇਹ ਜੂੜ ਬੋਲਤੇ ਆਖ ਨਹੀਂ ਸਿਰਫ ਇਸਕਾ ਥੋੜਾ ਦਿਮਾਗ ਵੀ ਜੋ ਟੀੜਾ ਯਾਰ ਮੈਂ ਕੱਢ ਕੇ ਵਹਾਦਾ ਮਾਰ ਤੁਹਾਨੂੰ ਹਾਂ ਵਖਾ ਰੋਗਰਮ ਤੋਂ ਬਾਅਦ ਵਹਾਦਣਾ ਤੁਹਾਨੂੰ ਬਸ ਬਹੁਤ ਸੋਹਣੀ ਸੀ ਨੱਖ ਕੈਸਾ ਜੁਦਨ ਨੱਖ ਕੇਜੜ ਦਾ ਨਥਲੀ ਪਾਈ ਸੀ ਨਥਲੀ ਹਲ ਵੇਖ ਕੇ ਤੇ ਜਨਾਬ ਜੀ ਮੇਰੀ ਆਪਣੀ ਹੱਡੀ ਨਥਲੀ ਇੱਕ ਹੋ ਗਈ ਜਨਾਬ ਅੱਛਾ ਯਾਨੀ ਕਿ ਬਹੁਤ ਪਿਆਰੀ ਸੀ ਉਹ ਮਤਲਬ ਐਡੀ ਕਿ ਸੋਹਣੀ ਸੀ ਕਿ ਵੀ ਜੋ ਆਪਣੀ ਆਪਣੀਆਂ ਲੈ ਕੇ ਆਉ ਮੈਂ ਦੇਖਦਾ ਕਿਡੀ ਕਿ ਸੋਹਣੀ ਹੈ ਕੋਈ ਜਾ ਸ਼ਕ ਨਸਕ ਜਾ ਫੜਕ ਲਿਆ ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਕਿ ਜਿਹੜਾ ਐਡਾ ਸੋਹਣਾ ਔਰ ਇਸ ਤਰ੍ਹਾਂ ਦਾ ਬੰਦਾ ਹੁੰਦਾ ਨਾ ਉਹ ਜਿਹੜਾ ਬੇਵਫਾ ਹੋਤਾ ਏ ਇਹ ਇਹ ਤਾਂ ਬੇਵਫਾਈ ਦਾ ਪਹਾੜ ਬੈਠਾ ਆਪਕੇ ਸਾਹਮਣੇ ਮੈਂਨੇ ਉਹਦੇ ਤੇ ਇਤਬਾਰ ਕੀਤਾ ਹਾਂ ਕਿਉਂਨੇ ਇੱਕ ਸ਼ਾਇਰ ਨੂੰ ਅੰਦਰੋਂ ਮਾਰ ਦਿੱਤਾ ਅੱਛਾ ਵੈਸੇ ਗੱਲ ਇਹ ਆ ਕਿ ਤੁਹਾਡੇ ਲਈ ਤੇ ਇਹ ਇੱਕ ਅੱਛਾ ਹੀ ਹੋਇਆ ਨਾ ਉਹ ਕਿਦਾ ਭਾਈ ਜਾਨ ਸ਼ਾਇਰੀ ਦੇ ਵਿੱਚ ਹੋਰ ਲਾਓ ਅਸਰ ਹੋਏਗਾ ਤੁਹਾਡੀ ਚ ਆਹ ਤਾਂ ਗੱਲ ਸਹੀ ਵਸੇ ਸ਼ਾਇ ਨੂੰ ਚੋਟ ਲੱਗੀ ਆ ਹੁਣ ਆ ਤੁਸੀਂ ਇਦਾਂ ਕਰੋ ਮੇਰੇ ਕੋ ਆਓ ਆਪਾਂ ਪਹਿਲਾ ਸਟੈਪ ਇਹ ਕਰਦੇ ਆ ਕਿ ਉਹਨਾਂ ਦੀ ਪੂਰੀ ਫੈਮਿਲੀ ਦੇ ਖਿਲਾਫ ਪਰਚਾ ਕਿ ਜਿਹੜਾ ਕਟਾਉਣੇ ਫਿਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਂ ਉਹਨੂੰ ਸਜ਼ਾ ਦਿਵਾਵਾਂਗਾ ਆ ਫੇ ਤੂੰ ਕਾਇਆ ਮੈ ਤੇ ਅੱਜ ਨਬੀ ਸ਼ਹਿਰ ਮੈਂ ਢੂੰਡਤਾ ਫਿਰ ਰਹਾ ਹੋਂ ਤੁਝੇ ਆ ਸਹੀ ਗੱਲ ਪਹਿਲੀ ਵੜੀ ਹੋਏਗਾ ਕੱਬੀ ਤੇਰਾ ਤੁਸੀਂ ਇਹ ਕਰਦੇ ਨੂੰ ਸਜ਼ਾ ਦਿਵਾ ਦੇਣਾ ਲੇਕਿਨ ਉਹਨੂੰ ਨਹੀਂ ਕਿਉਂਕਿ ਉਹ ਮਸੂਮ ਆ ਤੇ ਫੇ ਕੀ ਕਰ ਫੇ ਮਾਫ ਕਰ ਦੇ ਉਹਨੂੰ ਜੋ ਕੁਝ ਵੀ ਹੈ ਮੇਰੇ ਕੋ ਮਾਫੀ ਮੰਗ ਲਵੇ ਮੈਂ ਕਰ ਦੂੰਗਾ ਮਾਫ ਨਾ ਚੇਤੇ आपको समझ आ गई होगी ये केस के कख नहीं है बकवास है ये मजरू होता ही ऐसे हम अगले प्रोग्राम तक ले जाए अलाफे